ਜਦੋਂ ਅਸੀਂ ਮਿਲ ਜਾਂਦੇ ਹਾਂ ਤਾਂ ਇੱਕ ਨਵਾਂ ਸਮਾਜ ਬਣਾਉਂਦੇ ਹਾਂ। ਇਹ ਸਮਾਜ ਵਿੱਚ ਜੋ ਕੁਝ ਵੀ ਚੰਗਾ ਹੈ ਉਹ ਸਾਡੀ ਪ੍ਰਾਪਤੀ ਹੈ ਤੇ ਜੋ ਕੁਝ ਵੀ ਗਲਤ ਹੈ ਉਸ ਦੀ ਸਾਡੀ ਜ਼ਿੰਮੇਵਾਰੀ ਹੈ। ਗਲਤ ਤਾਂ ਇੱਥੇ ਬਹੁਤ ਕੁਝ ਹੈ ਪਰ ਖਾਸ ਕਰਕੇ ਚੇਤਾ ਸੰਬੰਧ ਔਰਤਾਂ ਨਾਲ ਹੈ। ਇਹ ਮਰਦ ਪ੍ਰਧਾਨ ਸਮਾਜ ਹੈ, ਇਹ ਔਰਤ ਕਲਾਮ ਸਮਾਜ ਹੈ। ਬੱਚੇ ਨੂੰ ਜਨਮ ਇੱਕ ਔਰਤ ਦਿੰਦੀ ਹੈ, ਜਨਮ ਮੇਰਾ ਉਹ ਸਹਿੰਦੀ ਹੈ, ਪਰ ਬੱਚੇ ਦਾ ਨਾਮ ਜਾ ਜੁੜਦਾ ਉਸਦੇ ਬਾਪ ਦੇ ਨਾਲ। ਬਿੱਟੂ ਬੀਨਾ ਰਾਣੀ ਦਾ ਪੁੱਤਰ ਨਹੀਂ, ਵਿਨੋਦ ਸਾਹਿਬ ਦਾ ਪੁੱਤਰ ਹੈ। ਬੰਟੀ ਸੁਰਜੀਤ ਕੌਰ ਦਾ ਪੁੱਤਰ ਨਹੀਂ, ਹਰਜੀਤ ਸਿੰਘ ਦਾ ਪੁੱਤਰ ਹੈ। ਸੈਦਾ ਸਲੀਕਾ ਬੇਗਮ ਦਾ ਪੁੱਤਰ ਨਹੀਂ, ਅਸਲਮ ਖਾਨ ਦਾ ਪੁੱਤਰ ਹੈ। ਪਰ ਜੇਕਰ ਬਿੱਟੂ ਬੰਟੀ ਸੈਦਾ ਪਿਸ਼ਾਬ ਕਰ ਦੇਵੇ, ਸੁਸੂ ਕਰ ਦੇਵੇ ਤਾਂ ਨੈਪਕਿਨ ਬੀਨਾ ਰਾਣੀ ਬਦਲੇਗੀ। ਤਾਂ ਨੈਪਕਿਨਾਂ ਨੂੰ ਸਾਬਣ ਸੁਰਜੀਤ ਕੌਰ ਲਾਏਗੀ, ਹਰਜੀਤ ਸਿੰਘ ਨਹੀਂ। ਤੇ ਨੈਪਕਿਨ ਸੁੱਕਣੇ ਸਲੀਕਾ ਬੇਗਮ ਪਾਏਗੀ, ਅਸਲਮ ਖਾਨ ਨਹੀਂ। ਤੇ ਗਲਤੀ ਮਾਫ ਕਰੇਗਾ, ਗਾਂ ਔਰਤ ਨਾਲ ਜੁੜੇਗੀ, ਇਹ ਗਾਂ ਮਾਂ ਦੀ ਹੋਵੇਗੀ, ਇਹ ਗਾਂ ਭੈਣ ਦੀ ਹੋਵੇਗੀ, ਇਹ ਗਾਂ ਧੀ ਦੀ ਹੋਵੇਗੀ। ਜਿਸ ਸਮਾਜ ਦੇ ਵਿੱਚ ਮਨੁੱਖ ਦੀ ਜਨਨ ਦਾ ਇਹ ਸਤਕਾਰ ਹੋਵੇ, ਇਹ ਅਧਿਕਾਰ ਹੋਵੇ, ਕੀ ਉਹ ਸੱਭਿਆ ਸਮਾਜ ਕਹਿਲਾ ਸਕਦਾ ਹੈ? ਨਹੀਂ, ਬਿਲਕੁਲ ਵੀ ਨਹੀਂ। ਇਹ ਗੱਲ ਸਾਨੂੰ ਸੋਚਣੀ ਪਵੇਗੀ, ਇਹ ਗੱਲ ਸਾਨੂੰ ਵਿਚਾਰਨੀ ਪਵੇਗੀ, ਇਹ ਗੱਲ ਸਾਨੂੰ ਸਮਝਣੀ ਪਵੇਗੀ। ਇਸੇ ਲਈ ਅਸੀਂ ਨਾਟਕ ਪੇਸ਼ ਕਰ ਰਹੇ ਹਾਂ। ਮੁੰਡੇ ਮੁੰਡੇ ਨਾਟ ਕਰਾਂਗੇ, ਕੁੜੀਆਂ ਦੇ ਅਸੀਂ ਵਾਂਗ ਕਰਾਂਗੇ। ਜਿਸ ਦਿਨ ਸੀ ਮੈਂ ਜਨਮ ਧਾਰਿਆ, ਜਿਸ ਦਿਨ ਸੀ ਮੈਂ ਜਨਮ ਧਾਰਿਆ, ਮਾਜੀ ਹੁਕੇ ਰੋਈ ਨੀ ਬਾਪੂ ਦੇ ਮੋਟਕ ਫੁੱਲ ਗਿਆ, ਬਾਪੂ ਦੇ ਮੋਟਕ ਫੁੱਲ ਗਿਆ, ਮੇਰਾ ਨੂੰ ਪੈਰ ਕੋਈ ਨੀ ਕਿੱਥੋਂ ਪੱਥਰ ਦੀ ਪਿਆ ਵੇੜੇ, ਮੈਂ ਕਿੱਥੋਂ ਪੱਥਰ ਦੀ ਪਿਆ ਵੇੜੇ, ਵਿੱਚ ਚਾਚਾ ਹੋਈ ਨੀ ਐਡੀ